ਪੰਚਾਇਤੀ ਚੋਣਾਂ ਦੇ ਦੌਰਾਨ ਜਿੱਥੇ ਵਿਰੋਧੀ ਕੁਰਲਾਰੇ ਆ ਕਿ ਸਾਡੇ ਪੰਚ ਅਤੇ ਸਰਪੰਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ, ਪਰ ਹੈਰਾਨੀ ਉਦੋਂ ਹੁੰਦੀ ਆ ਜਦੋਂ ਆਮ ਆਦਮੀ ਪਾਰਟੀ ਵਾਲੇ ਵਰਕਰ ਹੀ ਖੁਦ ਕੁਰਲਾਰੇ ਹੋਣ, ਝਾੜੂ ਵਾਲੇ ਕੁਰਲਾਰੇ ਹੋਣ, ਉਹਨਾਂ ਵਿੱਚੋਂ ਇੱਕ ਨੇ। ਅਸੀਂ ਮੇਰੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਝਾੜੂ ਵਾਲੀ ਸਰਕਾਰ ਮਤਲਬ ਲਿਆਉਣ ਵਾਸਤੇ ਮੈਂ ਬੰਦਾ ਪਹਿਲਾਂ ਜੀ। ਅਸੀਂ ਮਾਨ ਦਾ ਪ੍ਰੋਗਰਾਮ ਕਰਾਉਣ ਵਾਲੇ ਵੀ ਅਸੀਂ ਹੈ, ਬੱਲੂ ਨੇ ਹਲਕੇ ਦੇ ਵਿੱਚ ਇੱਕ ਘਰ ਘਰ ਜਾਣ ਵਾਲੇ ਵੀ ਅਸੀਂ ਹੈ, ਪਰ ਨੇੜੇ ਆ ਕੇ ਸਾਡੇ ਪਿੰਡ ਦੇ ਜੋ ਸਰਪੰਚ ਹੈ ਮੌਕੇ 'ਤੇ ਆ ਕੇ ਉਹ ਕਿਸੇ ਪਾਰਟੀ ਨਾਲ ਜੁੜ ਗਏ ਤਾਂ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਗਿਆ ਜੀ। ਤੁਸੀਂ ਤਾਂ ਆਪ ਆਮ ਆਦਮੀ ਪਾਰਟੀ ਵਾਲੇ ਹੋ ਅਤੇ ਆਮ ਆਦਮੀ ਪਾਰਟੀ ਵਾਲੇ ਦੀਆਂ ਫਾਈਲਾਂ ਕਿਵੇਂ ਰੱਦ ਹੋ ਸਕਦੀਆਂ? ਸਕਦੇ ਆ, ਲੋਕਾਂ ਨੂੰ ਕਿਹੜਾ ਪਤਾ ਨਹੀਂ ਇਸ ਚੀਜ਼ ਦਾ ਵੀ ਅਸੀਂ ਆਮ ਆਦਮੀ ਪਾਰਟੀ ਵਾਲੇ ਕਿਹੜੇ ਸੀਗੇ, ਤੋਂ ਮੌਕੇ 'ਤੇ ਆ ਕੇ ਉਹ ਮਤਲਬ ਵੀ ਪੱਕੀ ਪੱਕੀ ਫਸਲ ਉੱਤੇ ਆ ਕੇ ਬਹਿ ਗਏ ਆ। ਵਜ੍ਹਾ ਕੀ ਲੱਗਦੀ ਤੁਹਾਨੂੰ? ਵਜ੍ਹਾ ਤਾਂ ਜੀ ਮਤਲਬ ਜਿਹੜਾ ਸਾਡੇ MLA ਹੈ ਉਹ ਧੱਕਾ ਕਰਵਾ ਰਿਹਾ ਜੀ। ਬਹੁਤ ਵੱਡਾ ਘਪਲਾ ਹੈ, MLA ਨੇ 20-20 ਲੱਖ ਰੁਪਈਆ ਲੈ ਕੇ ਇਹ ਸਰਪੰਚੀਆਂ ਦਿੱਤੀਆਂ। ਸਾਡੇ ਹਲਕੇ ਦੇ ਘੱਟੋ ਘੱਟ 20-21 ਪਿੰਡਾਂ ਦੀਆਂ ਪੰਚਾਇਤਾਂ ਇਸ ਤਰ੍ਹਾਂ ਹੀ ਬਣੀਆਂ। ਉਹ ਵੀਡੀਓ ਵੀ ਹੁਣ ਲਿਖ ਕੇ ਨਹੀਂ ਦੇ ਰਿਹਾ, ਉਹਨੇ ਉੱਥੇ ਹੁਣ ਆਪਦੇ ਦਫ਼ਤਰ ਮੌਜੂਦ ਹੈ ਇਸ ਟਾਈਮ ਪੁਲਿਸ ਵਿੱਚ। ਵੀਡੀਓ ਆ ਸਭ ਤੋਂ ਚੋਟੀ ਦਾ ਕਰਪਟ ਵੀਡੀਓ ਹੈ ਜੀ। ਸਕਦਾ ਤੁਹਾਡਾ ਕੋਈ ਲੈਣ ਦੇਣ ਖੜਾ ਹੋਵੇ ਪਿਛਲੀ ਪੰਚਾਇਤ ਵੇਲੇ ਦਾ? ਸਰ ਦੱਸਿਆ ਤਾਂ ਜਾਵੇ ਲੈਣ ਦੇਣ ਖੜਾ, ਨਾ ਤਾਂ ਅੱਜ ਤੱਕ ਮੈਂ ਪੰਚਾਇਤੀ ਕੋਈ ਜ਼ਮੀਨ ਵਾਹੀ ਹੈ, ਨਾ ਹੀ ਮੇਰਾ ਕੋਈ ਮਤਲਬ ਸਰਕਾਰੀ ਕੋਈ ਚੀਜ਼ ਦੱਬੀ ਹੋਈ ਹੈ। ਮੈਂ ਟੇਲਰ ਦਾ ਕੰਮ ਕਰਦਾ ਜੀ, ਘਰ ਮੇਰਾ ਪਿੰਡ ਦੇ ਵਿੱਚ ਹੈ। ਇਹੋ ਜਿਹੇ ਬਦਲਾਅ ਤੋਂ ਕਰਾਉਣਾ ਕੀ ਹੈ ਜਿੱਥੇ ਵੋਟ ਹੀ ਨਹੀਂ ਪੈਣ ਦਿੱਤੀ ਜਾਂਦੀ? ਉੱਥੇ ਭਾਈਚਾਰਕ ਸਾਂਝ ਕੌਣ ਤੋੜ ਰਿਹਾ? ਇਸ ਟਾਈਮ ਸਰਕਾਰਾਂ ਤੋੜ ਰਹੀਆਂ ਆਪਦੀਆਂ ਮਾੜੀਆਂ ਨੀਤੀਆਂ ਨਾਲ, ਕਿਉਂਕਿ ਜੇ ਇਹਨਾਂ ਨੇ ਸਰਬਸੰਮਤੀ ਕਿਹਾ ਸੀ, ਜਿੱਥੇ ਸਰਬਸੰਮਤੀ ਨੇ ਉੱਥੇ ਇਲੈਕਸ਼ਨ ਤਾਂ ਹੋਣੇ ਚਾਹੀਦੇ ਆ ਨਾ। ਇਹ ਕਿਹੋ ਜਿਹੀ ਸਰਬਸੰਮਤੀ ਧੱਕੇ ਨਾਲ ਸਰਪੰਚ ਬਣਾਈ ਜਾਂਦੇ ਆ? ਸਾਰੇ ਇਲਾਕੇ ਦਾ ਹਾਲ ਤੁਸੀਂ ਕਹਿੰਦੇ ਹੋ ਵੀ ਲਗਭਗ ਇੱਕੋ ਜਿਹਾ? ਬੇੜਾ ਗਰਕ ਕਰਤਾ ਜੀ ਇਹਨਾਂ ਨੇ, ਬੇਸ਼ੱਕ ਅਸੀਂ ਝਾੜੂ ਵਾਲੇ ਸੀ, ਹੋ ਸਕਦਾ ਅਸਥਾਈ 'ਚ ਵੀ ਨਾਲ ਹੁੰਦੇ, ਪਰ ਇਸ ਹਾਲਾਤ ਨੂੰ ਵੇਖ ਕੇ ਕੌਣ ਇਹਨਾਂ ਨਾ ਰਹੂਗਾ? ਪੰਚਾਇਤੀ ਚੋਣਾਂ ਦੇ ਦੌਰਾਨ ਜਿੱਥੇ ਵਿਰੋਧੀ ਕੁਰਲਾਰੇ ਆ ਕਿ ਸਾਡੇ ਪੰਚ ਅਤੇ ਸਰਪੰਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਜਾਂ ਕਈਆਂ ਦੀਆਂ ਫਾਈਲਾਂ ਜਮ੍ਹਾਂ ਹੀ ਨਹੀਂ ਹੋਣ ਦਿੱਤੀਆਂ ਗਈਆਂ, ਪਾੜ ਦਿੱਤੀਆਂ ਗਈਆਂ ਬਾਰੋ ਬਾਰ, ਕਈ ਥਾਵਾਂ 'ਤੇ ਗੋਲੀ ਚੱਲੀ, ਪਰ ਹੈਰਾਨੀ ਉਦੋਂ ਹੁੰਦੀ ਆ ਜਦੋਂ ਆਮ ਆਦਮੀ ਪਾਰਟੀ ਵਾਲੇ ਵਰਕਰ ਹੀ ਖੁਦ ਕੁਰਲਾਰੇ ਹੋਣ, ਝਾੜੂ ਵਾਲੇ ਕੁਰਲਾਰੇ ਹੋਣ, ਉਹਨਾਂ ਵਿੱਚੋਂ ਇੱਕ ਨੇ। ਹਲਕਾ ਬੱਲੂਆਣਾ ਤੋਂ ਆਏ ਨੇ ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਹਰਿਆਣਾ ਹਾਈਕੋਰਟ ਤੱਕ ਇਹਨਾਂ ਨੂੰ ਵੀ ਕਿਉਂ ਆਉਣਾ ਪੈ ਗਿਆ, ਕਿਉਂ ਪੌੜੀਆਂ ਦੇਖਣੀਆਂ ਪੈ ਗਈਆਂ ਹਾਈਕੋਰਟ ਦੀਆਂ, ਇਹ ਸਾਰੀ ਗੱਲਬਾਤ ਕਰਾਂਗੇ ਕਿ ਕਿਉਂ ਸਮਝਦੇ ਆ ਕਿ ਸਾਡੀਆਂ ਵੀ ਫਾਈਲਾਂ ਰੱਦ ਹੋਈਆਂ ਨੇ ਜਾਂ ਧੱਕਾ ਹੋਇਆ, ਧੱਕਾ ਇਹਨਾਂ ਨਾਲ ਕੌਣ ਕਰ ਗਿਆ? ਵਿਰੋਧੀਆਂ ਦਾ ਸਮਝ ਆਉਂਦਾ ਕਿ ਸੱਤਾ ਧਿਰ 'ਤੇ ਦੋਸ਼ ਨੇ, ਇਹਨਾਂ ਤੋਂ ਜਾਣਦੇ ਆ ਕੀ ਕਹਿਣਾ ਚਾਹੁੰਦੇ ਨੇ। ਤੁਹਾਡਾ ਨਾਮ ਕੀ ਹੈ ਜੀ ਅਤੇ ਕਿਹੜਾ ਤੁਹਾਡਾ ਪਿੰਡ ਪੈਂਦਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸ਼ਰਨਜੀਤ ਸਿੰਘ, ਪਿੰਡ ਕੁੰਡਲ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ, ਅਤੇ ਹਲਕਾ ਸਾਨੂੰ ਬੱਲੂਆਣਾ ਪੈਂਦਾ। ਸਾਡੇ ਪਿੰਡ 'ਚ 5 ਸਰਪੰਚੀ ਦੀਆਂ ਫਾਈਲਾਂ ਸੀ, ਇਹਨਾਂ ਨੇ 4 ਚੱਕਤੀਆਂ, 1 ਰੱਖ ਲਈ, 4 ਦੇ ਰਿਜੈਕਟ ਕਰਤੇ, 4 ਦੇ ਰਿਜੈਕਸ਼ਨ ਪਾਈ ਹੈ, NOC ਇਹਨਾਂ ਦੀਆਂ ਰੱਦ ਕੀਤੀਆਂ ਗਈਆਂ। ਇਲੈਕਸ਼ਨ ਕੌਣ ਤੁਸੀਂ ਲੜ ਰਹੇ ਸੀ? ਸਾਡੇ ਨਾਲ ਸਾਡੀ ਰਿਜ਼ਰਵ ਸੀਟ ਸੀ, ਇਹ ਹਰਬੰਸ ਸਿੰਘ ਲੜ ਰਹੇ ਸੀਗੇ, ਟੇਲਰ ਦਾ ਕੰਮ ਕਰਦੇ ਆ। ਇਹ ਕੀ ਹੈ? ਬਸ ਇਹਨਾਂ ਦੀ NOC ਰੱਦ ਕਰਤੀ ਜੀ, ਹੁਣ ਵੀਡੀਓ ਸਾਨੂੰ ਦੱਸ ਨਹੀਂ ਰਿਹਾ ਵੀ ਕੀ ਕਾਰਨ ਹੈ। ਵਜ੍ਹਾ ਕੀ? ਇਲੈਕਸ਼ਨ ਪਹਿਲੀ ਵਾਰੀ ਲੜ ਰਹੇ ਸੀ? ਨਹੀਂ, ਦੂਜੀ ਵਾਰ, ਪਹਿਲਾਂ ਮੈਂ ਪੰਚ ਸੀ। ਹਾਂਜੀ, ਪਹਿਲਾਂ ਪੰਚ ਸੀ, ਹੁਣ ਮੈਂ ਸਰਪੰਚੀ ਇਲੈਕਸ਼ਨ ਲੜਦਾ ਸੀਗਾ, ਤਾਂ ਮੇਰੇ ਨਾਲ 95% ਲੋਕ ਸੀਗੇ, ਉਹਨਾਂ ਨਾਲ ਸਿਰਫ 5% ਲੋਕ ਸੀਗੇ, ਤਾਂ ਉਹਨਾਂ ਤੋਂ ਇਹ ਗੱਲ ਜਰੀ ਨਹੀਂ ਗਈ। ਵਾਰ ਤਾਂ ਤੁਸੀਂ ਅੰਦਰ ਖਾਤੇ ਕਿਸੇ ਹੋਰ ਵਿਰੋਧੀਆਂ ਨਾਲ ਰਲੇ ਹੋਵੋ, ਕਹਿੰਦੇ ਹੋਵਾਂ ਉੱਤੋਂ ਝਾੜੂ ਵਾਲੇ? ਨਹੀਂ ਸਰ, ਇਹ ਹੋ ਹੀ ਨਹੀਂ ਸਕਦਾ ਜੀ। ਅਸੀਂ ਮੇਰੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਝਾੜੂ ਵਾਲੀ ਸਰਕਾਰ ਮਤਲਬ ਲਿਆਉਣ ਵਾਸਤੇ ਮੈਂ ਬੰਦਾ ਪਹਿਲਾਂ ਜੀ। ਤੁਸੀਂ ਉਹਨਾਂ ਭਮੱਕੜਾਂ ਵਿੱਚੋਂ ਇੱਕ ਹੋ ਜਿਹੜੇ ਮੁੱਖ ਮੰਤਰੀ ਕਹਿੰਦੇ ਲਿਆਉਣ ਵਾਲੇ ਜੀ। ਹਾਂ, ਅਸੀਂ ਮਾਨ ਦਾ ਪ੍ਰੋਗਰਾਮ ਕਰਾਉਣ ਵਾਲੇ ਵੀ ਅਸੀਂ ਹੈ, ਬੱਲੂ ਨੇ ਹਲਕੇ ਦੇ ਵਿੱਚ ਇੱਕ ਘਰ ਘਰ ਜਾਣ ਵਾਲੇ ਵੀ ਅਸੀਂ ਹੈ, ਪਰ ਨੇੜੇ ਆ ਕੇ ਸਾਡੇ ਪਿੰਡ ਦੇ ਜੋ ਸਰਪੰਚ ਹੈ ਉਹ ਹਰ ਵਾਰੀ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜ ਜਾਂਦੇ ਆ, ਮੌਕੇ 'ਤੇ ਆ ਕੇ ਉਹ ਕਿਸੇ ਪਾਰਟੀ ਨਾਲ ਜੁੜ ਗਏ ਤਾਂ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਗਿਆ ਜੀ। ਹਾਂਜੀ, ਪਰ ਇਹ ਲੋਕਾਂ ਨੂੰ ਯਕੀਨ ਜਿਹਾ ਕਿਵੇਂ ਹੋਊਗਾ ਵੀ ਤੁਸੀਂ ਤੇ ਆਪ ਆਮ ਆਦਮੀ ਪਾਰਟੀ ਵਾਲੇ ਹੋ ਤੇ ਆਮ ਆਦਮੀ ਪਾਰਟੀ ਵਾਲੇ ਦੀਆਂ ਫਾਈਲਾਂ ਕਿਵੇਂ ਰੱਦ ਹੋ ਸਕਦੀਆਂ? ਜੀ, ਲੋਕ ਹੀ ਦੱਸ ਸਕਦੇ, ਲੋਕਾਂ ਨੂੰ ਕਿਹੜਾ ਪਤਾ ਨਹੀਂ ਇਸ ਚੀਜ਼ ਦਾ ਵੀ ਅਸੀਂ ਆਮ ਆਦਮੀ ਪਾਰਟੀ ਵਾਲੇ ਕਿਹੜੇ ਸੀਗੇ, ਕਿਉਂਕਿ ਘਰ ਘਰ ਜਾ ਕੇ ਅਸੀਂ ਪ੍ਰਚਾਰ ਕੀਤਾ ਸੀ ਪਾਰਟੀ ਦਾ, ਤੇ ਮੌਕੇ 'ਤੇ ਆ ਕੇ ਉਹ ਮਤਲਬ ਵੀ ਪੱਕੀ ਪੱਕੀ ਫਸਲ ਉੱਤੇ ਆ ਕੇ ਬਹਿ ਗਏ ਆ।
ਇਹ ਵਜ੍ਹਾ ਕੀ ਲੱਗਦੀ ਤੁਹਾਨੂੰ? ਵਜ੍ਹਾ ਤਾਂ ਜੀ ਇਹ ਮਤਲਬ ਜਿਹੜਾ ਸਾਡੇ MLA ਹੈ ਉਹ ਧੱਕਾ ਕਰਵਾ ਰਿਹਾ ਜੀ, ਤਾਂ MLA ਹੋ ਗਿਆ ਜਾਂ ਪਿੰਡ ਦੇ ਸਾਡੇ ਸਰਪੰਚ ਸਾਹਿਬ ਹੈ ਪੁਰਾਣੇ ਉਹ ਧੱਕਾ ਕਰਵਾ ਰਹੇ ਆ। ਹਾਂਜੀ, ਸ਼ਰੇਆਮ ਸਰਕਾਰ ਦਾ ਧੱਕਾ ਹੈ ਜੀ ਇਹ। ਇਹ ਇਕੱਲੀ ਕੁੰਡਲ ਦੀ ਫਾਈਲ ਨਹੀਂ ਰੱਦ ਹੋਈ, ਸਾਡੇ ਹਲਕੇ ਦੇ ਘੱਟੋ ਘੱਟ 20-21 ਪਿੰਡਾਂ ਦੀਆਂ ਪੰਚਾਇਤਾਂ ਇਸ ਤਰ੍ਹਾਂ ਹੀ ਬਣੀਆਂ। ਜੇ ਕਿਸੇ ਦੇ 7 ਸਰਪੰਚ ਉੱਠੇ ਤਾਂ 6 ਫਾਈਲਾਂ ਚੱਕਤੀਆਂ। ਮਤਲਬ ਜਿਹੜਾ ਥੋੜਾ ਜਿਹਾ ਸਮਰੱਥ ਹੈ, ਤੁਸੀਂ ਜਿਵੇਂ ਆ ਗਏ ਇੰਨੀ ਦੂਰੋਂ ਚੱਲ ਕੇ ਹਾਈ ਕੋਰਟ ਚੰਡੀਗੜ੍ਹ, ਕਈ ਨਹੀਂ ਆਏ ਹੋਣਗੇ? ਨਹੀਂ, ਬਹੁਤ ਆ ਰਹੇ ਆ, ਆ ਰਹੇ ਆ, ਬਹਾਦਰਖੇੜੇ ਤੋਂ ਆ ਗਏ ਆ, ਚੱਕੜੇ ਤੋਂ ਆ ਗਏ ਆ, ਸੱਪਾਲੀ ਤੋਂ ਆ ਗਏ ਆ, ਸੈਦਾਲੀ ਤੋਂ ਆ ਗਏ, ਕਈ ਪਿੰਡਾਂ ਦੀਆਂ ਪੰਚਾਇਤਾਂ ਪਟੀਸ਼ਨਾਂ ਪੈ ਰਹੀਆਂ। ਪਰ ਹੁਣ ਦੇਰੀ ਨਹੀਂ ਹੋ ਜੂਗੀ ਕਿਉਂਕਿ ਇੱਕ ਪਾਸੇ ਉਹ ਪ੍ਰਕਿਰਿਆ ਤੇ ਨਾਲ ਨਾਲ ਚੱਲ ਰਹੀ ਹੈ ਨਾ, 15 ਨੂੰ ਤਾਂ ਵੋਟਾਂ ਪੈ ਜਾਣੀਆਂ, ਇਧਰੋਂ ਜੇ ਦੇਰੀ ਹੋ ਗਈ? ਇਹ ਬਹੁਤ ਵੱਡੀ ਪ੍ਰਕਿਰਿਆ ਹੋ ਰਹੀ ਹੈ। ਹੁਣ ਸਾਡੀ ਟੀਮ ਉੱਥੇ BDO ਆਫਿਸ ਬੈਠੀ ਹੈ, BDO ਆਫਿਸ ਨੇ SDM ਨੇ ਸੈਨ ਕਰਤੇ ਵੀ ਤੁਸੀਂ RO ਤੋਂ ਲੈ ਲਓ, RO ਨੇ ਸੈਨ ਕਰਤੇ ਵੀ ਤੁਸੀਂ BDPO ਤੋਂ ਲਓ, ਜਿਹੜੀ ਟਰਨਿੰਗ NOC ਕੈਂਸਲ ਕੀਤੀ ਹੈ, ਕਿਉਂ ਕੀਤੀ ਹੈ, ਕੀ ਰੀਜ਼ਨ ਆ? ਹੁਣ BDPO ਨੇ ਕੀ ਕੀਤਾ, ਉੱਥੇ ਫੋਰਸ ਬੁਲਾ ਲਈ BDO ਦਫ਼ਤਰ, ਵੀ ਜਿਹੜੇ ਮੰਗਣਾ ਆਉਂਦੇ ਆ NOC ਮੰਗਣਾ ਆਉਂਦੇ ਆ, ਕਲੀਅਰੈਂਸ ਮੰਗਦੇ ਆ ਵੀ ਰੀਜ਼ਨ ਕੀ ਸੀਗਾ, ਸਾਨੂੰ ਲਿਖ ਕੇ ਦਿਓ। ਉਹ BDO ਹੁਣ ਲਿਖ ਕੇ ਨਹੀਂ ਦੇ ਰਿਹਾ, ਉਹਨੇ ਉੱਥੇ ਹੁਣ ਆਪਦੇ ਦਫ਼ਤਰ ਮੌਜੂਦਾ ਇਸ ਟਾਈਮ ਪੁਲਿਸ ਬੈਠੀ ਹੈ, ਸਿਕਿਉਰਿਟੀ ਲਵਾ ਲਈ। ਇਹ ਵੀ ਹੋ ਸਕਦਾ ਜੀ, ਤੁਸੀਂ ਜਿਵੇਂ ਪਹਿਲਾਂ ਕਿਹਾ ਵੀ ਮੈਂ ਪੰਚ ਦੀ ਇਲੈਕਸ਼ਨ ਲੜੀ ਹੋਈ ਹੈ ਨਾ, ਤੇ ਪੁਰਾਣਿਆਂ ਨੂੰ ਤਾਂ ਚਾਹੀਦਾ ਸੀ, ਜ਼ਰੂਰੀ ਕਰਤੀ ਸੀ NOC ਲੈਣੀ, ਹੋ ਸਕਦਾ ਤੁਹਾਡਾ ਕੋਈ ਲੈਣ ਦੇਣ ਖੜਾ ਹੋਵੇ ਪਿਛਲੀ ਪੰਚਾਇਤ ਵੇਲੇ ਦਾ? ਸਰ ਦੱਸਿਆ ਤਾਂ ਜਾਵੇ ਲੈਣ ਦੇਣ ਖੜਾ, ਨਾ ਤਾਂ ਅੱਜ ਤੱਕ ਮੈਂ ਪੰਚਾਇਤ ਦੀ ਕੋਈ ਜ਼ਮੀਨ ਵਾਹੀ ਹੈ, ਨਾ ਹੀ ਮੇਰਾ ਕੋਈ ਮਤਲਬ ਸਰਕਾਰੀ ਕੋਈ ਚੀਜ਼ ਦੱਬੀ ਹੋਈ ਹੈ। ਮੈਂ ਤਾਂ ਟੇਲਰ ਦਾ ਕੰਮ ਕਰਦਾ ਜੀ, ਘਰ ਮੇਰਾ ਪਿੰਡ ਦੇ ਵਿੱਚ ਹੈ, ਉਹ ਵੀ ਕਿਸੇ ਮਤਲਬ ਮਤਲਬ ਵੀ ਕਿਸੇ ਪਿੰਡ ਵਾਲੇ ਤੋਂ ਜ਼ਮੀਨ ਲੈ ਕੇ ਸਾਡੇ ਘਰ ਬਣਾਏ ਹੋਏ ਆ, ਕਿਸੇ ਵੀ ਤਰ੍ਹਾਂ ਦਾ ਮੇਰੇ ਕੋਈ ਐਲੀਗੇਸ਼ਨ ਨਹੀਂ ਹੈ। ਮੇਰਾ ਚੈੱਕ ਕੀਤਾ ਜਾਵੇ, ਕੋਈ ਮੇਰੇ ਦੇ ਪਰਚਾ ਨਹੀਂ ਵੀ ਚੈੱਕ ਕੀਤਾ ਜਾਵੇ ਜੀ, ਤਾਂ ਸਿਰਫ ਕੀ ਹੈ ਇੱਕ ਮਤਲਬ ਸਰਕਾਰ ਦੀ ਧੱਕੇਸ਼ਾਹੀ ਹੈ, ਪਿੰਡ ਦੀ ਧੱਕੇਸ਼ਾਹੀ ਹੈ। ਅਸੀਂ ਮੰਨ ਲਾਂਗੇ ਵੀ ਸਾਡੇ ਤੇ ਕੋਈ ਐਲੀਗੇਸ਼ਨ ਲਾਇਆ, ਪਰ ਸਾਨੂੰ ਕਲੀਅਰ ਤਾਂ ਕਰਨਾ, BDO ਇਹ ਤਾਂ ਕਵੇ ਵੀ ਤੁਹਾਡੇ ਤੇ ਆਬਜੈਕਸ਼ਨ ਹੈ, ਤੁਹਾਡੀਆਂ ਫਾਈਲਾਂ ਤਾਂ ਰੱਦ ਕੀਤੀਆਂ, ਮਤਲਬ ਸਾਫ਼ ਕੋਈ ਗੱਲ ਨਹੀਂ ਦੱਸੀ ਜਾ ਰਹੀ, ਕੁੱਲ ਵੀ ਨਹੀਂ ਜੀ, ਸਿਰਫ ਇਹ ਲਿਖਿਆ BDO ਵੱਲੋਂ NOC ਰੱਦ ਕਰਨ ਤੇ। ਜਾਂ BDO ਆ ਸਭ ਤੋਂ ਚੋਟੀ ਦਾ ਕਰਪਟ BDO ਆ ਜੀ, ਮਲੋੜ ਤੋਂ ਅਨੰਦਰਪਾਲ, ਉਹਨੇ ਕੋਈ ਤਾਂ 10 ਲੱਖ ਲਿਆ, ਕਿਸੇ ਤੋਂ ਲਿਆ 15 ਲੱਖ, ਇਹ ਗੱਲਾਂ ਆ ਰਹੀਆਂ ਬਾਹਰ, ਹਜੇ ਪ੍ਰੋਪਰ ਸਾਡੇ ਕੋਲ ਸਬੂਤ ਨਹੀਂ, ਜੋ ਸਬੂਤ ਆ ਗਿਆ ਸੀ ਉਹ ਵੀ ਸ਼ੋਅ ਕਰ ਦੇਗੇ। ਬਹੁਤ ਵੱਡਾ ਘਪਲਾ ਹੈ, MLA ਨੇ 20-20 ਲੱਖ ਰੁਪਈਆ ਲੈ ਕੇ ਇਹ ਸਰਪੰਚੀਆਂ ਦਿੱਤੀਆਂ। ਇਹ ਗੱਲ ਸੱਚੀ ਹੈ ਕਿਉਂਕਿ ਆਮ ਆਦਮੀ ਪਾਰਟੀ ਬਾਰੇ ਕਾਂਗਰਸ ਵਾਲੇ, ਅਕਾਲੀ ਵਾਲੇ, ਭਾਜਪਾ ਵਾਲੇ ਤਾਂ ਦੋਸ਼ ਲਾ ਰਹੇ ਆ, ਪਰ ਤੁਸੀਂ ਖੁਦ ਆਮ ਆਦਮੀ ਪਾਰਟੀ ਵਾਲੇ ਹੋ ਕੇ ਆਪਦੇ MLA ਨੂੰ ਹੀ ਬਖਸ਼ ਰਹੇ? ਕਾਂਗਰਸ ਦਾ ਅਸੀਂ, ਕਾਂਗਰਸ ਦਾ ਬਲਾਕ ਪ੍ਰਧਾਨ ਹੈ 16 ਸਾਲ, ਪਰ ਸਮਤੀ ਅਸੀਂ ਸਪੋਰਟ ਕੀਤੀ ਸੀ ਹਰਬੰਸ ਸਿੰਘ ਨੂੰ, ਠੀਕ ਹੈ। ਜਿਹੜੀ ਵੀ ਗੱਲ ਬਾਹਰ ਆ ਰਹੀ ਹੈ, ਹੁਣ ਕਿਸੇ ਤੋਂ 15 ਲੱਖ ਲੈ ਲਿਆ, ਕਿਸੇ ਤੋਂ 20 ਲੱਖ ਲੈ ਕੇ, ਕਈ ਬਹਾਦਰਖੇੜੇ 'ਚ ਅਕਾਲੀ ਦਲ ਦਾ ਸਰਪੰਚ ਬਣਾਤਾ, ਮਜੀਤਪੁਰ 'ਚ ਵਰਿਆਮਖੇੜੇ ਹੋਰ ਬਣਾਤਾ, ਗੱਦੜੋ ਰਿਜ਼ਰਵ ਕਰਤੀ, ਜਿੱਥੇ ਐਂਟੀ ਸਰਪੰਚ ਜਿੱਤਦੇ ਸੀ MLA ਦੇ, ਜਿਹੜੇ ਝਾੜੂ ਵਾਲੇ ਸੀਗੇ ਵੀ ਉਹਨਾਂ ਨੂੰ ਪਤਾ ਹੁਣ ਇਹ ਜਿੱਤ ਰਹੇ ਆ, ਉਹ ਸਾਰੇ 22 ਦੇ 22 ਪਿੰਡਾਂ ਦੇ ਸਰਪੰਚਾਂ ਦੇ ਫਾਈਲਾਂ। ਦੱਸਿਆ ਕਿ ਤੁਸੀਂ ਕਾਂਗਰਸ ਨਾਲ ਸੰਬੰਧ ਰੱਖਦੇ ਹੋ ਇਹ ਝਾੜੂ ਵਾਲੇ ਨਾਲ, ਵੀ ਤੁਸੀਂ ਆਪਸੀ ਸਹਿਮਤੀ ਬਣਾ ਲਈ ਪਿੰਡ ਵਿੱਚ ਕਿ ਨਹੀਂ ਇਹ ਬੰਦੇ ਨੂੰ ਅੱਗੇ ਕਰੋ? ਪਿੰਡ ਦੀ ਪੰਚਾਇਤ ਚੁਣੀ ਆ, ਨਾ ਕਿ ਪਾਰਟੀ ਦੀ। ਉਹਨਾਂ ਤੇ ਆਖਿਆ ਸੀ ਏਕਾ ਕੀਤਾ ਸੀ ਜੀ, 95% ਲੋਕ ਸਾਡੇ ਨਾਲ ਸਹਿਮਤ ਸੀ, ਪਰ ਉਹਨਾਂ ਨੇ ਜਿੱਤ ਹੁੰਦੀ ਜਰੀ ਨਹੀਂ ਗਈ, ਹੁਣ 5% ਨੂੰ ਜੇਤੂ ਕਰਾਰ ਦੇਤਾ, ਜਦੋਂ 21 ਸਿੰਗਲ ਕੈਂਡੀਡੇਟ ਰਹਿ ਗਿਆ, ਤੇ ਉਹਦਾ ਕੀ ਹੁਣ ਕਾਰਨ ਕੀ ਹੋ ਸਕਦਾ? ਬਾਕੀ ਇਹ ਕੋਈ ਅੱਜ ਪਹਿਲਾਂ ਅਕਾਲੀ ਦਲ ਕਾਂਗਰਸ ਨੇ ਕਦੇ ਵੀ ਇੱਦਾਂ ਨਹੀਂ ਹੋਇਆ, ਬੇਸ਼ੱਕ ਅਸੀਂ ਵੀ ਝਾੜੂ 'ਚ ਸੀ, ਅਸੀਂ ਸਰਕਾਰਾਂ ਬਣਾਉਣ ਵਾਲੇ ਹਾਂ, ਗੋਲਡਨ ਟਿਕਟ ਦਵਾਉਣ ਵਾਲੇ ਹਾਂ, ਇੱਦੂ ਪਹਿਲਾਂ ਵੀ ਅਸੀਂ ਬਹੁਤ ਮਿਹਨਤ ਕੀਤੀ ਹੈ, ਪਰ ਜੇ ਆਹ ਬਦਲਾਅ ਸੀ ਤਾਂ ਇਹ 'ਚ ਬਦਲਾਅ ਨਾਲ ਤਾਂ ਕੋਈ ਫਾਇਦਾ ਨਹੀਂ, ਜਿਨ੍ਹਾਂ ਨੇ ਵੋਟ ਦਾ ਅਧਿਕਾਰ ਹੀ ਖੋਲ ਲਿਆ। ਸਰਪੰਚੀ ਇੱਕ ਪਿੰਡ ਦੀ ਇੱਕ ਸਾਂਝੀ ਇਲੈਕਸ਼ਨ ਹੈ। ਹੁਣ ਭਾਈਚਾਰਕ ਸਾਂਝ ਤੁਹਾਡੇ ਮੁਤਾਬਕ, ਤੁਸੀਂ ਤਾਂ ਪਿੰਡਾਂ 'ਚੋਂ ਆਏ, ਉੱਠ ਕੇ ਹੋ ਸਕਦਾ ਚੰਡੀਗੜ੍ਹ ਦੇ ਦਫ਼ਤਰਾਂ 'ਚ ਬਹਿ ਕੇ ਗੱਲ ਨਾ ਕਿਸੇ ਨੂੰ ਸਮਝ ਆਉਂਦੀ ਹੋਵੇ, ਉੱਥੇ ਭਾਈਚਾਰਕ ਸਾਂਝ ਕੌਣ ਤੋੜ ਰਿਹਾ? ਇਸ ਟਾਈਮ ਸਰਕਾਰਾਂ ਤੋੜ ਰਹੀਆਂ ਆਪਦੀਆਂ ਮਾੜੀਆਂ ਨੀਤੀਆਂ ਨਾਲ, ਕਿਉਂਕਿ ਜੇ ਇਹਨਾਂ ਨੇ ਸਰਬਸੰਮਤੀ ਕਿਹਾ ਸੀ
ਜਿੱਥੇ ਸਰਬ ਸੰਮਤੀ ਨਹੀਂ ਉੱਥੇ ਇਲੈਕਸ਼ਨ ਤਾਂ ਹੋਣੀ ਚਾਹੀਦੀ ਹੈ ਨਾ। ਇਹ ਕਿਹੋ ਜੀ ਸਰਬ ਸੰਮਤੀ ਧੱਕੇ ਨਾਲ ਸਰਪੰਚ ਬਣਾਈ ਜਾਂਦੇ ਆ, ਜਿਹੜੇ ਨਰੇਗਾ ਖਾ ਗਏ, ਸਾਰਾ ਕੁਝ ਖਾ ਗਏ, ਜਿਹੜੇ ਚਿੱਟਾ ਵੇਚਦੇ ਆ ਉਹ ਸਾਡੇ ਪਿੰਡਾਂ ਦੇ ਸਰਪੰਚ ਹੀ ਕਰਨਗੇ, ਚਿੱਟੇ ਦੇ ਵਪਾਰੀ ਕਰਨਗੇ। ਦੱਸੋ ਸਾਨੂੰ ਇਹਨਾਂ ਗੱਲਾਂ ਦਾ ਦੁੱਖ ਲੱਗਦਾ ਜਦੋਂ ਦੇਖਦੇ ਹੋ? ਬਿਲਕੁਲ ਦੁੱਖ ਲੱਗਦਾ। ਜਿਹੜੀ ਚੀਜ਼ ਤੋਂ ਤੰਗ ਹੋ ਕੇ ਆਪਾਂ ਇਹਨਾਂ ਦੇ ਮਗਰ ਲੱਗੇ ਸੀ, ਉਹ ਤਾਂ ਉਹਨਾਂ ਨਾਲ ਦੁੱਗਣੀ ਕਰਤੀ ਇਹਨਾਂ ਨੇ। ਇਹੋ ਜਿਹੇ ਬਦਲਾਅ ਤੋਂ ਕਰਾਉਣਾ ਕੀ ਹੈ ਜਿੱਥੇ ਵੋਟ ਹੀ ਨਹੀਂ ਪੈਣ ਦਿੱਤੀ ਜਾਂਦੀ? ਉਸ ਸਾਰੇ ਇਲਾਕੇ ਦਾ ਹਾਲ ਤੁਸੀਂ ਕਹਿੰਦੇ ਹੋ ਵੀ ਲਗਭਗ ਇੱਕੋ ਜਿਹਾ, ਬੇੜਾ ਗਰਕ ਕਰਤਾ ਜੀ ਇਹਨਾਂ ਨੇ। ਬੇਸ਼ੱਕ ਅਸੀਂ ਝਾੜੂ ਵਾਲੇ ਸੀ, ਹੋ ਸਕਦਾ 27 ਚ ਵੀ ਨਾਲ ਹੁੰਦੇ, ਪਰ ਇਸ ਹਾਲਾਤ ਨੂੰ ਵੇਖ ਕੇ ਕੌਣ ਇਹਨਾਂ ਨਾ ਰਹੂਗਾ? ਤੁਸੀਂ ਪੈਰ ਪਿੱਛੇ ਪੁੱਟ ਲਿਆ। ਬਿਲਕੁਲ, ਅਸੀਂ ਵਾਪਸੀ ਵੱਲ ਜਾਵਾਂਗੇ, ਅਸੀਂ ਖੁਦ ਕੰਡੇ ਬੀਜੇ, ਅਸੀਂ ਖੁਦ ਕੱਢਾਂਗੇ। 2027 ਦੇ ਵਿੱਚ ਇਹਨਾਂ ਨੂੰ ਰਿਜ਼ਲਟ ਦੇਵਾਂਗੇ। ਬਾਕੀ ਹੋਰ ਮਹੀਨੇ ਤੱਕ ਬਲਾਕ ਸੰਮਤੀ ਆ ਰਹੀ ਹੈ, ਜ਼ਿਲ੍ਹਾ ਪ੍ਰੀਸ਼ਦ ਆ ਰਹੀ ਹੈ, ਰਿਜ਼ਲਟ ਇਹਨਾਂ ਦੇ ਸਾਹਮਣੇ ਹੋਊਗਾ। ਇਹਨਾਂ ਨੂੰ ਇਹਨਾਂ ਦਾ ਖਮਿਆਜ਼ਾ ਭੁਗਤਣਾ ਹੀ ਪੈਣਾ। ਜਿਹੜੇ ਕਈ ਸੋਸ਼ਲ ਮੀਡੀਆ 'ਤੇ ਵੀ ਕਹੀ ਜਾਂਦੇ ਆ ਕਿ ਇਹ ਕੋਈ ਪਹਿਲੀ ਵਾਰੀ ਤਾਂ ਹੋਇਆ ਨਹੀਂ, ਪਹਿਲਾਂ ਵੀ ਤਾਂ ਹੁੰਦਾ ਹੀ ਆਇਆ, ਐਵੇਂ ਤਾਂ ਇੱਕ ਪਿਰਤ ਬਣੀ ਹੋਈ ਹੈ, ਐਵੇਂ ਕਹਿੰਦੇ ਆ ਕਈ। ਤੁਸੀਂ ਜੀ ਪੱਤਰਕਾਰ ਹੋ, ਤੁਸੀਂ ਵੀ ਰਿਕਾਰਡ ਚੈੱਕ ਕਰੋ ਵੀ ਅੱਜ ਤੱਕ ਕਾਗਜ਼ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿਸੇ ਵੀ ਪਿੰਡ ਦੇ ਸਾਰੇ ਸਰਪੰਚਾਂ ਦੇ ਚੱਕ ਦਿੱਤੇ ਜਾਣ, ਸਿਰਫ ਇੱਕ ਹੀ ਰੱਖਿਆ ਹੋਵੇ। ਕੱਲੂ ਕੱਲੂ ਪਿੰਡ ਦੀ ਪੰਚਾਇਤ 'ਚ ਸਿਰਫ ਇੱਕ ਸਰਪੰਚ ਅਤੇ 8 ਮੈਂਬਰ ਇੱਕ ਸੈੱਟ ਰੱਖਿਆ, ਬਾਕੀ ਦੂਜੀ ਐਂਟੀ ਪਾਰਟੀ ਵੀ ਚੱਕਤੀ, ਕਿਉਂਕਿ ਉੱਥੇ MLA ਗੋਲੀ ਮੁਸਾਫਰ ਦਾ। ਉਹਨੂੰ ਪ੍ਰਸ਼ਾਸਨ ਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਇਹ ਤਾਂ ਫਲਾਣੀ ਪਾਰਟੀ ਵਾਲੇ ਇਹਨਾਂ ਨੂੰ ਬਾਹਰ ਕਰ ਦਿਓ? ਖੁਦ MLA ਅੰਦਰ ਬੈਠ ਕੇ ਲਿਸਟਾਂ ਲੈ ਕੇ ਗਿਆ ਜੀ, BDO ਨੂੰ ਕੋਲੇ ਬਾ ਕੇ, RO ਨੂੰ ਕੋਲੇ ਬਾ ਕੇ ਕਿਹਾ ਵੀ ਆਹ ਫਾਈਲਾਂ ਚੱਕ ਦਿਓ। ਅੱਛਾ, ਸ਼ਰੇਆਮ ਧੱਕਾ ਹੋਇਆ, ਮਤਲਬ ਬਹਿ ਕੇ ਸਾਰੀ ਰਣਨੀਤੀ ਤਿਆਰ। ਪਹਿਲਾਂ ਮੈਨੂੰ ਇਹ ਦੱਸੋ, ਰਾਤ ਨੂੰ 11 ਵਜੇ ਲਿਸਟ ਕਿਹੜੀ ਲੱਗਦੀ ਹੁੰਦੀ ਹੈ? ਉੱਧਰ ਲੱਗੀ ਹੈ। ਬਿਲਕੁਲ, ਰਾਤ ਨੂੰ 11 ਵਜੇ ਲਿਸਟ ਜਾਰੀ ਹੋਈ ਹੈ, ਸਵੇਰੇ ਸਾਨੂੰ ਪਤਾ ਲੱਗਦਾ। 11 ਵਜੇ ਲਿਸਟ ਜਾਰੀ ਉਦੋਂ ਹੁੰਦੀ ਹੈ ਜਦੋਂ ਚੋਣ ਕਮਿਸ਼ਨ ਨੋਟੀਫਿਕੇਸ਼ਨ ਭੇਜ ਦਿੱਤਾ ਜਾਂਦਾ, ਇਹਨਾਂ ਨੂੰ ਮੇਲ ਹੋ ਜਾਂਦੀ ਹੈ। ਇੱਥੋਂ ਕੰਮ ਪੱਕਾ ਹੋ ਜਾਂਦਾ, ਉਦੋਂ ਬਾਅਦ ਬੰਦਾ ਕੁਛ ਨਹੀਂ ਕਰ ਸਕਦਾ, ਕਿਉਂਕਿ ਲਿਸਟ ਲੱਗਣ ਤੋਂ ਬਾਅਦ ਬੰਦਾ ਕੁਛ ਨਹੀਂ ਕਰ ਸਕਦਾ। ਅਤੇ ਰਾਤ ਨੂੰ 11 ਵਜੇ ਕੌਣ ਜਾਗਦਾ ਰਹੇ? 2017 ਦੇ ਇਲੈਕਸ਼ਨਾਂ 'ਚ ਅਸੀਂ ਇਹਨਾਂ ਦੇ ਡੱਬਿਆਂ ਦੀਆਂ ਰਾਖੀਆਂ ਕਰਦੇ ਰਹੇ ਹਾਂ ਵੀ ਕੋਈ ਗੜਬੜੀ ਨਾ ਹੋ ਜਾਵੇ। ਹੁਣ ਅਸੀਂ ਆਪਦੀਆਂ ਫਾਈਲਾਂ ਦੀ ਰਾਖੀ ਕਰੀਏ, ਕਿੱਥੇ ਕਿੱਥੇ ਰਾਖੀ ਰੱਖੋਗੇ? ਇੱਕ ਕੇਸ ਆਇਆ ਪੰਜਾਬ ਦਾ ਹੀ, ਉਹਨਾਂ ਨੂੰ ਚੋਣ ਨਿਸ਼ਾਨ ਦੇਣ ਤੋਂ ਬਾਅਦ, ਚੋਣ ਨਿਸ਼ਾਨ ਕੱਲ੍ਹ ਵੰਡ ਤੇ, ਉਹਨਾਂ ਦਾ ਚੋਣ ਨਿਸ਼ਾਨ ਵੀ ਵਾਪਸ ਲੈ ਲਿਆ, ਉਹਨਾਂ ਦੀ NSC ਰੱਦ ਕਰਕੇ ਉਹਨਾਂ ਦੀ ਫਾਈਲ ਹੀ ਰੱਦ ਕਰਤੀ। ਹੁਣ ਦੱਸੋ, ਚੋਣ ਨਿਸ਼ਾਨ ਵੰਡਣ ਤੋਂ ਬਾਅਦ ਵੀ ਰੱਦ ਕਰਤੇ? ਇਹ ਪੰਜਾਬ ਦੇ ਕੇਸ ਹੈ। ਆਹ ਜਿਹੜਾ ਹੁਣ ਮੁੰਡਾ ਇਕੱਲਾ ਸਰਪੰਚ ਬਣਿਆ ਮਾਰਿਆ, ਉਹ ਕਿਉਂ? ਕਾਰਨ ਇਹੀ ਹੋਇਆ ਵੀ ਬਾਕੀ ਸਾਰੇ ਸਰਪੰਚ ਚੱਕਤੇ, ਰਹਿ ਗਿਆ ਇਕੱਲਾ ਉਹ। ਐਂਟੀ ਗਰੁੱਪ ਕਿੱਥੋਂ ਤੱਕ ਜਰੂਗਾ? ਬੇਸ਼ੱਕ ਹੋ ਸਕਦਾ ਕੋਈ ਉਹਨਾਂ ਦੀ ਆਪਸੀ ਰੰਜਿਸ਼ ਹੋਰ ਹੋਵੇ, ਪਰ ਗੱਲ ਹੈ ਵੀ ਇੱਕ ਲੇਡੀਜ਼ ਵੀ ਮਾਰੀ ਹੈ, ਉਹ ਵੀ ਇਹੀ ਹੈ ਵੀ ਸਿੰਗਲ ਨੂੰ ਘਰੇ ਬੈਠੇ ਸਰਪੰਚੀਆਂ ਦੇ ਜਾਂਦੇ ਆ। ਪਿੰਡਾਂ 'ਚ ਸਰਬਸੰਮਤੀ ਹੁੰਦੀ ਹੈ ਪਿੰਡ ਦੀ ਸਹਿਮਤੀ, ਇਹ ਤਾਂ ਧੱਕੇ ਨਾਲ ਹੈ ਵੀ ਅਸੀਂ ਤਾਂ ਇਹਨੂੰ ਜਿਤਾਉਣਾ। ਹੁਣ ਇੱਕ ਪਿੰਡ 'ਚ ਸਰਬਸੰਮਤੀ ਹੋਈ ਹੈ, ਉੱਥੋਂ ਦਾ MLA ਉੱਥੇ ਧੱਕਾ ਕਰ ਰਿਹਾ ਵੀ ਇਹ ਨਹੀਂ ਸਰਬਸੰਮਤੀ, ਮੈਂ ਆਪਦੇ ਬੰਦੇ ਦੀ ਫਾਈਲ ਭਰਾਊਂਗਾ, ਉਹਨੂੰ ਸਰਬਸੰਮਤੀ ਕਰਨੀ ਹੈ। ਇਹ ਕਿੱਥੋਂ ਦੇ ਧੱਕੇ? ਦੱਸੋ, ਇਹੋ ਜਿਹਾ ਬਦਲਾਅ ਲੈ ਕੇ ਆਉਣਾ ਸੀ? ਅਸੀਂ ਹਾਈਕੋਰਟ 'ਚ ਖੜੇ ਹਾਂ ਅਤੇ ਐਡਵੋਕੇਟ ਸਾਹਿਬ ਸਾਡੇ ਨਾਲ ਇੱਧਰ ਖੜੇ ਆ, ਤੁਹਾਡੇ ਕੋਲ ਕਿਸ ਤਰ੍ਹਾਂ ਦੇ ਕੇਸ ਆ ਰਹੇ ਆ ਅਤੇ ਕਿੱਥੋਂ ਕਿੱਥੋਂ ਆ ਰਹੇ ਆ? ਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪੂਰੇ ਪੰਜਾਬ ਦਾ ਹੀ ਹਾਲ ਹੈ। ਮੇਰੇ ਕੋਲ ਗੁਰਦਾਸਪੁਰ ਦੇ 1 ਸਰਪੰਚ ਸਾਹਿਬ, 6 ਪੰਚ ਸਾਹਿਬ, ਜਿਨ੍ਹਾਂ ਦੇ ਸਾਰਿਆਂ ਦੇ ਪੇਪਰ ਰਿਜੈਕਟ ਕੀਤੇ ਜਾਂਦੇ ਨੇ ਕਿਉਂਕਿ ਉਹ ਇੰਡੀਪੈਂਡੈਂਟ ਆਜ਼ਾਦ ਲੜ ਰਹੇ ਨੇ ਸਿਰਫ ਰੂਲਿੰਗ ਪਾਰਟੀ ਦੇ ਅਗੇਂਸਟ, ਇਨ ਆਰਡਰ ਟੂ ਪਲੀਜ਼ ਦੇ ਪੋਲੀਟੀਕਲ ਬੋਸਿਸ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਆਹ DC BDPO ਸਾਰੇ ਰਲ ਮਿਲ ਕੇ, MLA ਜਿਹੜਾ ਲੋਕਲ MLA ਹੈ ਉਹ ਰਲ ਮਿਲ ਕੇ ਇਹ ਸਾਰਿਆਂ ਦੇ ਰੱਦ ਕੀਤੇ ਜਾਂਦੇ। ਰਾਤ ਨੂੰ 2 ਵਜੇ ਲਿਸਟ ਆਉਂਦੀ ਹੈ 5 ਅਤੇ 6 ਤਰੀਕ ਦੀ, 6 ਤਰੀਕ ਨੂੰ ਸੰਡੇ ਹੁੰਦਾ, 7 ਤਰੀਕ ਨੂੰ ਨੋਮੀਨੇਸ਼ਨ ਵਿਦਡਰੋਲ ਨੋਮੀਨੇਸ਼ਨ, ਠੀਕ ਹੈ ਜੀ। 5 ਅਤੇ 6 ਦੀ ਰਾਤ ਨੂੰ ਆ ਰਹੀ, ਅਸੀਂ ਕਿੱਥੇ ਜਾਈਏ? ਨੋਮੀਨੇਸ਼ਨ ਰਿਜੈਕਟ ਕੀਤੇ ਜਾਂਦੇ, ਚੁੱਲ੍ਹਾ ਟੈਕਸ ਨਹੀਂ ਭਰਿਆ ਜੀ, ਕਿਸੇ ਸਕੈਂਡਰ ਦੇ ਸਾਈਨ ਨਹੀਂ ਹੈ। ਅਸੀਂ ਹਾਈਕੋਰਟ 'ਚ ਪਟੀਸ਼ਨ ਲਈ ਹੈ, ਹਾਈਕੋਰਟ ਨੇ ਸੰਮਨ ਕਰ ਲਿਆ, BDPO ਕੱਲ੍ਹ ਵਾਸਤੇ ਰੱਖ ਲਿਆ, ਅਰਜੈਂਸੀ ਦੇਖਦੇ ਹੋਏ ਕੱਲ੍ਹ ਵਾਸਤੇ ਰੱਖ ਲਿਆ ਕਿ ਸਵੇਰੇ ਪਹੁੰਚਣ
ਤੇ ਸਾਰਾ ਰਿਕਾਰਡ ਇਹਨਾਂ ਦਾ ਲੈ ਕੇ ਆਉਣ, ਨੋਮੀਨੇਸ਼ਨ ਪੇਪਰ ਲੈ ਕੇ ਆਉਣ, ਸਾਰਾ ਦੁੱਧ ਦਾ ਦੁੱਧ ਪਾਣੀ 'ਚ ਪਾਣੀ ਹੋਵੇ। ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਗੜਬੜੀਆਂ ਕੀਤੀਆਂ ਅਦਾਲਤ ਦੇ ਵਿੱਚ, ਪਟੀਸ਼ਨਾਂ ਫਾਈਲ ਹੋ ਰਹੀਆਂ ਨੇ, ਤੇ ਖਮਿਆਜੇ ਕੀ ਭੁਗਤਣੇ ਪੈ ਸਕਦੇ ਆ? ਕੀ ਰੋਕ ਵੀ ਲੱਗ ਸਕਦੀ ਚੋਣ ਦੀ? ਸਰ, ਚੋਣ 'ਤੇ ਰੋਕ ਵੀ ਲੱਗ ਸਕਦੀ ਹੈ, ਸਟੇਅ ਵੀ ਹੋ ਸਕਦੀ ਹੈ, ਕੁਛ ਵੀ ਹੋ ਸਕਦਾ। ਇਹ ਤਾਂ ਦੇਖਾਂਗੇ, ਕੋਰਟ ਦੇਖੂਗੀ ਕੀ ਕਰ ਸਕਦੇ ਨੇ ਕੋਰਟ ਨਹੀਂ। ਅਸੀਂ ਆਪਣੇ ਵੱਲੋਂ ਫਾਈਲ ਪੂਰੀ ਰੈਡੀ ਕਰਕੇ ਰੱਖ ਦਿੱਤੀ ਹੈ। ਬਿਲਕੁਲ ਸਰ, ਬਿਲਕੁਲ ਪੂਰੀ ਫਾਈਲ ਅਸੀਂ ਰੈਡੀ ਕਰਤੀ ਹੈ ਤੇ ਸਾਰਾ ਕੁਝ ਦੱਸਤਾ। ਉਹਦੇ 'ਚ ਸਟੇਅ ਵੀ ਮੰਗੀ ਹੈ, ਇਲੈਕਸ਼ਨ ਦੀ ਸਟੇਅ, ਪੂਰੇ ਪੰਜਾਬ ਦੀ ਵੀ ਸਟੇਅ ਮੰਗੀ ਹੈ, ਸਿੰਪਲ ਆਪਣੇ ਗੁਰਦਾਸਪੁਰ ਦੀ ਵੀ ਸਟੇਅ ਮੰਗੀ ਹੈ, ਸਾਰੀ ਚੀਜ਼ਾਂ ਦੀ ਮੰਗੀ ਹੈ। ਇਹਨਾਂ ਨੂੰ ਖਾਮਿਆਜ਼ਾ ਭੁਗਤਣਾ ਪੈ ਸਕਦਾ, ਇਹ ਸਸਪੈਂਸ਼ਨ ਤੱਕ ਜਾ ਸਕਦੀ ਹੈ ਗੱਲ ਜਿਹੜੇ ਇਹ ਕਰ ਰਹੇ ਨੇ। ਜੇ ਨੋਮੀਨੇਸ਼ਨ ਪੇਪਰਾਂ ਵਿੱਚ ਨਿਕਲਿਆ ਆ ਕਲੀਅਰ ਵੀ ਇਹਨਾਂ ਨੇ ਜਾਣ ਕੇ ਗੜਬੜੀ ਕੀਤੀ ਹੈ, ਜਾਣ ਕੇ ਇਹ ਲਿਖਿਆ ਹੈ, ਜਦਕਿ ਬਕਾਇਦਾ ਉਸ 'ਚ ਲਿਖਿਆ ਹੋਇਆ ਕੋਲਮ ਰਿਮਾਰਕਸ ਦੇ ਵਿੱਚ ਵੀ ਇਸ ਕਾਰਨ ਰਿਜੈਕਟ ਕੀਤਾ ਜਾਂਦਾ, ਜੇ ਉੱਥੇ ਨਿਕਲਿਆ ਹੈ ਗੱਲ ਦੁੱਧ ਦਾ ਦੁੱਧ ਪਾਣੀ ਦੇ ਪਾਣੀ। ਸਰਪੰਚ ਪੰਚ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਜਾਂ ਜਮ੍ਹਾਂ ਨਹੀਂ ਹੋਏ ਕਿਸੇ ਵਜ੍ਹਾ ਕਰਕੇ ਜਾਂ ਧੱਕਾ ਹੋ ਗਿਆ ਜਿਵੇਂ ਉਹ ਕਹਿੰਦੇ ਆ ਸਾਰੇ, ਉਹ ਬੇਵੱਸ ਜਿਹੜੇ ਨਜ਼ਰ ਬੈਠੇ ਆਉਂਦੇ ਆ ਪਿੰਡਾਂ ਦੇ ਵਿੱਚ, ਉਹ ਕਹਿੰਦੇ ਵੀ ਹੁਣ ਤਾਂ ਕੀ ਹੋਣਾ ਜੀ ਭਾਣਾ, ਮੰਨ ਲਓ ਇਹਨੂੰ ਹੁਣ 5 ਸਾਲ ਕੱਢ ਲਈਏ ਔਖੇ ਸੌਖੇ ਇਸ ਪੰਚਾਇਤ ਨਾਲ, ਉਹ ਜਿਹੜੇ ਸੋਚ ਰਹੇ ਆ ਕਿ ਉਹਨਾਂ ਕੋਲ ਵੀ ਰਸਤਾ ਹੈਗਾ ਕੋਈ? ਸਰ, ਮੇਰੇ ਕੋਲ 5 ਪੰਚਾਇਤਾਂ ਦੇ ਅੱਜ ਵੀ ਫੋਨ ਆਏ ਨੇ, ਉਹਨਾਂ ਦੀ ਰਾਤ ਨੂੰ ਬੈਠ ਕੇ ਪਟੀਸ਼ਨ ਤਿਆਰ ਹੋਊਗੀ, ਕੱਲ੍ਹ ਸਵੇਰੇ ਮੈਂਸ਼ਨਿੰਗ ਕਰਕੇ ਕੱਲ੍ਹ ਦੇ ਕੱਲ੍ਹ ਹੀ ਰਖਵਾਇਆ ਜਾਊਗਾ। ਹਲੇ ਹੋਰ ਵੀ ਨੇ ਜਿਹੜੇ ਅੱਗੇ ਦੀ ਅੱਗੇ ਅਪਰੋਚ ਕਰ ਰਹੇ ਨੇ ਇੱਕ ਦੂਜੇ ਨੂੰ ਦੇਖ ਕੇ ਕਿ ਉਹ ਪਹੁੰਚ ਕੇ ਅਸੀਂ ਵੀ ਪਹੁੰਚੀਏ। ਆਹ 2-3 ਦਿਨਾਂ ਦਾ ਪ੍ਰੋਸੀਜਰ ਹੈ, ਸਾਰੇ ਆਉਣਗੇ, ਸਭ ਹੋਊਗਾ। ਜਿਹੜੇ ਨਹੀਂ ਅਪਰੋਚ ਕਰ ਸਕਦੇ ਉਹਨਾਂ ਦਾ ਕੀ ਕਰ ਸਕਦੇ ਹਾਂ? ਮਤਲਬ ਜਿਹੜੇ ਕਰ ਰਹੇ ਉਹਨਾਂ ਦਾ ਕੁਝ ਨਾ ਕੁਝ ਬਣੂਗਾ ਸਰ, 100% ਬਣੂਗਾ, ਕੱਲ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਤੁਸੀਂ ਅਖੀਰ 'ਚ ਕੀ ਕਹੋਗੇ ਕਿ ਹੁਣ ਬਚਦਾ ਕੀ ਹੈ ਸਾਹਮਣੇ, ਨਜ਼ਰ ਕੀ ਆਉਂਦਾ? ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ 155 ਫਾਈਲਾਂ ਇਹਨਾਂ ਨੇ ਰੱਦ ਕੀਤੀਆਂ। ਇਹਨਾਂ ਨੇ ਇਸ ਵਾਰ ਕੀ ਸੀ, ਹਦਾਇਤਾਂ ਦੇ ਵਿੱਚ ਆਪਸ਼ਨ ਦਿੱਤੇ ਸੀ ਵੀ ਕਿਸੇ ਦੀ ਵੀ ਫਾਈਲ ਰੱਦ ਨਹੀਂ ਕੀਤੀ ਜਾਣੀ, ਜੇ ਕਿਸੇ ਦਾ ਕੋਈ ਦਰੁਸਤੀ ਹੈ ਉਹਨੂੰ ਫੋਨ ਕਰਕੇ ਬੁਲਾਇਆ ਜਾਊਗਾ ਅਤੇ ਉਹਦੇ ਤੋਂ ਜੋ ਕੋਈ ਕਾਗਜ਼ ਪੱਤਰ ਘੱਟ ਆ ਉਹ ਲਏ ਜਾਣਗੇ। ਨਾ ਕਿਸੇ ਨੂੰ ਫੋਨ ਕੀਤਾ, ਨਾ ਹੀ ਇਹਨਾਂ ਨੇ ਕਿਤੇ ਆਪਦੀ ਕੋਈ ਹਦਾਇਤਾਂ ਲਾਈ ਹੈ, ਬਾਹਰ ਕੋਈ ਫਾਰਮ ਲਾਇਆ ਵੀ ਆਹ ਬੰਦਿਆਂ ਦੇ ਨਾਂ 'ਤੇ ਇਹਨਾਂ ਦੇ ਰੱਦ ਹੈਗੇ ਅਤੇ ਵੀ ਇਹਨਾਂ ਨੂੰ ਬੁਲਾਇਆ ਜਾਵੇ। ਕੋਈ ਫੋਨ ਕਾਲ ਨਹੀਂ, ਕੋਈ ਇਹਨਾਂ ਨੇ ਬੁਲਾਇਆ ਨਹੀਂ, ਕਿਤੇ ਵੀ ਕੋਈ ਇਹਨਾਂ ਨੇ ਫਾਰਮ ਨਹੀਂ ਲਾਇਆ। ਇਹ ਸ਼ਰੇਆਮ ਘਪਲਾ ਹੈ, ਧੱਕੇਸ਼ਾਹੀ ਹੈ ਸਰਕਾਰ ਦੀ, ਹੋਰ ਕੁਛ ਨਹੀਂ। ਬਿਲਕੁਲ, ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਹੋ ਰਹੀ ਹੈ ਲੋਕਾਂ ਦੀ। ਪੰਜਾਬ ਦੇ ਵੱਖੋ ਵੱਖਰੇ ਜ਼ਿਲ੍ਹਿਆਂ ਤੋਂ, ਪਿੰਡਾਂ ਤੋਂ ਆ ਰਹੇ ਨੇ ਲੋਕ ਕਿ ਸਾਡੇ ਨਾਲ ਧੱਕਾ ਹੋ ਗਿਆ ਇਹਨਾਂ ਚੋਣਾਂ ਦੇ ਵਿੱਚ। ਹੁਣ ਇਹ ਧੱਕੇ ਦੇ ਲਈ ਅਦਾਲਤ ਵਿੱਚ ਇਨਸਾਫ ਕਦੋਂ ਮਿਲਦਾ? ਇਸ ਦੇ ਲਈ ਇੱਕ ਆਸ ਦੇ ਨਾਲ ਦੂਰੋਂ ਦੂਰੋਂ ਚੱਲ ਕੇ ਲੋਕ ਆ ਰਹੇ ਨੇ, ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਕੀ ਅਪਡੇਟ ਸਾਹਮਣੇ ਆਉਂਦਾ। ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਹਰ ਜਾਣਕਾਰੀ ਹੈ ਜਿਹੜੀ ਉਹ ਸਮੇਂ 'ਤੇ ਪਹੁੰਚਾਉਂਦੇ ਰਹੀਏ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ, ABC ਪੰਜਾਬ, ਚੰਡੀਗੜ੍ਹ।